ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਆਵ ਸਾਧ ਸੰਗਤ ਜੀ ਚੱਲ ਰਹੀ ਲੜੀਵਾਰ ਵਿਚਾਰ ਪਾਵਨ ਅੰਗ 84 ਤੇ ਧੰਨ ਗੁਰੂ ਅਮਰਦਾਸ ਮਹਾਰਾਜੀ ਵਾਰਾਂ ਦੇ ਰਾਹੀ ਕਿਰਪਾ ਕਰ ਰਹੇ ਹਨ ਸ੍ਰੀ ਰਾਗ ਦੀ ਵਾਰ ਦਾ ਪਾਠ ਚੱਲ ਰਿਹਾ ਹੈ ਸਲੋਕ ਮਹੱਲਾ ਤੀਜਾ ਜਿਸ ਵਕਤ ਮਹਾਰਾਜ ਸਾਹਿਬ ਜੀ ਗੋਇੰਦਵਾਲ ਸਾਹਿਬ ਵਿਖੇ ਬੌਲੀ ਸਾਹਿਬ ਜੀ ਦੀ ਸੇਵਾ ਕਰਵਾ ਰਹੇ ਸਨ ਤਾਂ ਉੱਥੇ ਇੱਕ ਮੁਨਸ਼ੀ ਜੋ ਕਿ ਬੜਾ ਦਿਮਾਗੀ ਸੀ ਉਸ ਦੇ ਅੰਦਰ ਖਿਆਲ ਸੀ ਕਿ ਗੁਰੂ ਘਰ ਵਿੱਚ ਆਮਦਨ ਬੜੀ ਹੈ ਇਸ ਦਾ ਪੂਰਾ ਹਿਸਾਬ ਕਿਤਾਬ ਰੱਖਿਆ ਕਰਾਂ ਅਤੇ ਕੁਝ ਮਾਇਆ ਰੱਖ ਲਈ ਜਾਵੇ ਇਸ ਪ੍ਰਕਾਰ ਉਸ ਮੁੰਚੀ ਦੇ ਮਨ ਵਿੱਚ ਐਸੀ ਲਾਲਚ ਦੀ ਇੱਛਾ ਸੀ ਉਸ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਮਹਾਰਾਜ ਜੀ ਗੁਰੂ ਘਰ ਨੂੰ ਆਮਦਨ ਬਹੁਤ ਹੈ ਆਪ ਜੀ ਸਾਰੀ ਹੀ ਲੰਗਰ ਵਿੱਚ ਲਗਾ ਦਿੰਦੇ ਹੋ ਥੋੜੀ ਬਹੁਤ ਬਚਤ ਵੀ ਰੱਖਣੀ ਜ਼ਰੂਰੀ ਹੈ ਜਿੰਨਾ ਵੀ ਆਮਦਨ ਖਰਚ ਹੈ ਉਸ ਦਾ ਹਿਸਾਬ ਕਿਤਾਬ ਲਿਖਦੇ ਰਹਿਣਾ ਚਾਹੀਦਾ ਹੈ ਮੈਂ ਮੁੰਚੀ ਦਾ ਕੰਮ ਕਰਨ ਲੱਗ ਪੈਂਦਾ ਆਪ ਜੀ ਮੈਨੂੰ ਇਸ ਕੰਮ ਤੇ ਰੱਖ ਲੈਣਾ ਕਰੋ ਤਾਂ ਗੁਰੂ ਸਾਹਿਬ ਜੀ ਨੇ ਉਸ ਮੁਨਸੀ ਪ੍ਰਤੀ ਐਸਾ ਉਪਦੇਸ਼ ਬਖਸ਼ਿਸ਼ ਕੀਤਾ ਸਲੋਕ ਮਹੱਲਾ ਤੀਜਾ ਕਲਮ ਜਲੋ ਸਣ ਮਸਵਾਣੀਐ ਕਾਗਦ ਪੀ ਜਲ ਜਾਓ ਏ ਭਾਈ ਗੁਰੂ ਕੇ ਲੰਗਰ ਤੇ ਗੋਲਕ ਦਾ ਹਿਸਾਬ ਕਿਤਾਬ ਰੱਖਣ ਵਾਲੀ ਕਲਮ ਮਸਵਾਣੀਐ ਦਵਾਤ ਸਣ ਕੀਏ ਸਮੇਤ ਜਲੋ ਸੜ ਜਾਵੇ ਅਤੇ ਹਿਸਾਬਕਿਤਾ ਵਾਲਾ ਕਾਗਜ਼ ਵੀ ਸੜ ਜਾਵੇ। ਅਤੇ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਨਾਉ। ਇਹੋ ਜਿਹੇ ਹਿਸਾਬਕਿਤਾ ਬਲਿਖਣ ਵਾਲਾ ਲਖਾਰੀ ਵੀ ਸੜ ਬੜ ਕੇ ਸੁਆਹ ਹੋ ਜਾਵੇ। ਜਿਸ ਨੇ ਦਵੇਤ ਭਾਵ ਦੀਆਂ ਹੀ ਗੱਲਾਂ ਲਿਖੀਆਂ ਹਨ। ਜੋ ਛਾਲ ਫਰੇਵ ਕਰਕੇ ਕਲਮ ਦੁਆਰਾ ਖਰਚੇ ਪਾ ਕੇ ਕੁਝ ਪੈਸੇ ਆਪ ਹੜੱਪ ਕਰਕੇ ਬਾਕੀ ਹਿਸਾਬਕਿਤਾ ਪੂਰਾ ਕਰਕੇ ਵਿਖਾ ਦੇਵੇ। ਸੋ ਸਤਿਗੁਰੂ ਉਸ ਦੇ ਪਰਥਾਏ ਉਪਦੇਸ਼ ਬਖਸ਼ ਰਹੇ ਆ ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨ ਕਰਣਾ ਜਾਏ ਮਹਾਰਾਜ ਸਾਹਿਬ ਫਰਮਾਉਂਦੇ ਹਨ ਕਿ हे ਭਾਈ ਜੋ ਵੀ ਜੀਵਾਂ ਨੇ ਪਿਛਲੇ ਜਨਮ ਵਿੱਚ ਕਰਮ ਕੀਤੇ ਹਨ ਉਹਨਾਂ ਦੇ ਅਨੁਸਾਰ ਹੀ ਅੰਤਰਜਾਮੀ ਨੇ ਮੱਥੇ ਤੇ ਲੇਖ ਲਿਖਿਆ ਹੈ ਜੀਵ ਉਹ ਜਿਹੇ ਕਰਮਾਂ ਦੀ ਕਮਾਈ ਕਮਾਉਣਾ ਕਰਦਾ ਇਸ ਤੋਂ ਇਲਾਵਾ ਹੋਰ ਕੋਈ ਵੀ ਕਰਤੱਵ ਨਹੀਂ ਕੀਤਾ ਜਾ ਸਕਦਾ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਭਾਈ ਮਾਇਆ ਨਾਲ ਕਈਏ ਸਾਥ ਸਨੇਹ ਲਗਾ ਜੋ ਪਰਮੇਸ਼ਰ ਦੀ ਹਸਤੀ ਵਾਲੇ ਗ੍ਰੰਥਾਂ ਤੋਂ ਬਿਨਾਂ ਹੋਰ ਵਿਸ਼ਿਆਂ ਦੀ ਵਾਸ਼ਨਾ ਨੂੰ ਕਥਨ ਕਰਨ ਵਾਲੇ ਗ੍ਰੰਥਾਂ ਨੂੰ ਪੜਨਾ ਕੂੜ ਕਈਏ ਝੂਠਾ ਹੀ ਆ ਅਤੇ ਜੀਵ ਜੀ ਦੀ ਏਕਤਾ ਨੂੰ ਛੱਡ ਕੇ ਭੇਦਵਾਦ ਦਾ ਬੋਲਣਾ ਕਥਨ ਕਰਨਾ ਵੀ ਝੂਠਾ ਹੀ ਆ। ਕੇਵਲ ਮਾਇਆ ਨਾਲ ਪਿਆਰ ਲਗਾ ਕੇ ਹੋਰ ਵੇਦਾਂ ਸ਼ਾਸਤਰਾਂ ਦਾ ਪੜ੍ਹਨਾ ਝੂਠਾ ਹੈ। ਤੇ ਹੋਰ ਨਾਂ ਨੂੰ ਬੋਲਣਾ ਕਥਨ ਕਰ ਕਰਕੇ ਉਪਦੇਸ਼ ਦੇਣਾ ਵੀ ਝੂਠਾ ਹੈ। ਨਾਨਕ ਬਿਨ ਨਾਵੇ ਕੋ ਥਿਰ ਨਹੀਂ ਪੜ ਪੜ ਹੋ ਏਖਾਰ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਨਾਮ ਤੋਂ ਬਿਨਾਂ ਕਿਸੇ ਦਾ ਵੀ ਚਿੱਤ ਵਾਹਿਗੁਰੂ ਵਿੱਚ ਸਥਿਤ ਨਹੀਂ ਹੋ ਸਕਦਾ। ਨਾਮ ਤੋਂ ਬਿਨਾ ਅਚਲ ਰਹਿਣ ਵਾਲੀ ਕੋਈ ਵੀ ਵਸਤੂ ਨਹੀਂ। ਵਿਦਵਾਨ ਪੰਡਿਤ ਆਦਿ ਭੇਦਵਾਦ ਦੇ ਗ੍ਰੰਥਾਂ ਨੂੰ ਪੜ੍ਹ-ਪੜ੍ਹ ਕੇ ਵਿਸ਼ਿਆਂ ਦੀ ਵਾਸ਼ਨਾ ਵਿੱਚ ਖੁਆਰ ਹੁੰਦੇ ਹਨ। ਦ્વੈਤ ਦੇ ਪੜਦਿਆਂ ਵਿੱਚ ਹੀ ਪੜ੍ਹ-ਪੜ੍ਹ ਕੇ ਇਹ ਪੜੇ ਹੋਏ ਆ ਤੇ ਖੁਆਰ ਹੋਈ ਜਾਂਦੇ ਆ। ਅੱਗੇ ਫਿਰ ਪੌੜੀ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਦਾ ਸਥਿਤ ਰਹਿਣ ਵਾਲੇ ਨਾਮੀ ਪਰਮੇਸ਼ਰ ਦੇ ਗੁਣਾਂ ਦਾ ਵਰਣਨ ਕਰਦੀ ਹਨ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀ ਰਤਨ ਹਰ ਕਾ ਏ ਭਾਈ ਪਰਮੇਸ਼ਰ ਦੀ ਵਡਿਆਈ ਮਹਿਮਾ ਇਸ ਪ੍ਰਕਾਰ ਵੱਡੀ ਆ ਕਿਉਂਕਿ ਜੋ ਵੀ ਪਰਮੇਸ਼ਰ ਦਾ ਕੀਰਤਨ ਜਸ ਗਾਉਂਦਾ ਉਹ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਉਸ ਨੂੰ ਪਰਮੇਸ਼ਰ ਦਾ ਆਨੰਦ ਪ੍ਰਾਪਤ ਹੁੰਦਾ ਹਰ ਕੀ ਵਡਿਆਈ ਵੱਡੀ ਹੈ ਜਾ ਨਿਆਉ ਹੈ ਧਰਮ ਕਾ ਪਰਮੇਸ਼ਰ ਦੀ ਵਡਿਆਈ ਮਹਿਮਾ ਇਸ ਪ੍ਰਕਾਰ ਵੀ ਵੱਡੀ ਆ ਜਦ ਕੇ ਉਸ ਪਰਮੇਸ਼ਰ ਦਾ ਇਨਸਾਫ ਧਰਮ ਦਾ ਨਿਆਉ ਜਿਹੜਾ ਵਾ ਪਰਮੇਸ਼ਰ ਦਾ ਜਿਹੜਾ ਧਰਮਾ ਨਿਆਉ ਪਾਪ ਪਰਮਾਰਥੀ ਨਿਆਉ ਕਰਦਾ ਉਹ ਕਿਸੇ ਨਾ ਬੇਨਿਆਈ ਨਹੀਂ ਕਰਦਾ ਹਰ ਕੀ ਵਡਿਆਈ ਵੱਡੀ ਹੈ ਜਾ ਫਲ ਹੈ ਜੀਅ ਕਾ ਪਰਮੇਸ਼ਰ ਦੀ ਵਿਢਾਈ ਇਸ ਪ੍ਰਕਾਰ ਵੀ ਵੱਡੀ ਆ ਜਦ ਕੇ ਜੀਵਾਂ ਦੇ ਚੰਗੇ ਮਾੜੇ ਕਰਮਾਂ ਦਾ ਵਿਧਾਤਾ ਰੂਪ ਹੋ ਕੇ ਦੁੱਖ ਸੁਖ ਫੂ ਰੂਪ ਫਲ ਵਰਦਾਤਾ ਹੋ ਕਰਕੇ ਦੇਣਾ ਕਰਦਾ ਹੈ ਹਰ ਕੀ ਵਿਢਾਈ ਵੱਡੀ ਹੈ ਜਾ ਨਾ ਸੁਣਈ ਕਹਿਆ ਚੁਗਲ ਕਾ ਹਾਂ ਪਰਮੇਸ਼ਰ ਦੀ ਵਿਢਾਈ ਇਸ ਪ੍ਰਕਾਰ ਵੀ ਵੱਡੀ ਕਹੀ ਜਾਂਦੀ ਆ ਕਿ ਉਹ ਕਿਸੇ ਵੀ ਚੁਗਲ ਨਿੰਦਿਆ ਚੁਗਲੀ ਕਰਨ ਵਾਲੇ ਦਾ ਕਹਿਆ ਆਖਿਆ ਬੋਲ ਨਹੀਂ ਸੁਣਦਾ ਭਾਵੇਂ ਕਿਸੇ ਚੁਗਲ ਦਾ ਆਖਿਆ ਆ ਬਚਨ ਸੁਣ ਕੇ ਆਪਣੇ ਪ੍ਰੇਮੀ ਪਿਆਰਿਆਂ ਨੂੰ ਨਰਾਜ਼ ਨਹੀਂ ਹੋਣ ਦਿੰਦਾ ਹਰ ਕੀ ਵਡਿਆਈ ਵੱਡੀ ਹੈ ਆ ਪੁੱਛਿਆ ਦਾਨ ਦੇਵਕਾ ਹਾਂ ਪਰਮੇਸ਼ਰ ਦੀ ਮਹਿਮਾ ਇਸ ਕਰਕੇ ਵੀ ਵੱਡੀ ਆ ਕਿ ਪਰਮੇਸ਼ਰ ਧਾਮ ਧਾਮ ਸ੍ਰੀ ਰਾਦ ਐਸੇ ਦਾਨ ਅਪੁੱਛਿਆ ਕਿ ਇਹ ਬਿਨਾ ਪੁੱਛੇ ਤੋਂ ਹੀ ਦੇਵਕਾ ਦੇਈ ਜਾਂਦਾ ਦਾਨ ਦੇ ਕੇ ਪੁੱਛਦਾ ਨਹੀਂ ਦਾਨ ਦੇ ਕੇ ਅਪੁਸ਼ ਕਰ ਦਿੰਦਾ ਭਾਵ ਕਿਸੇ ਤੋਂ ਮੰਗਣ ਜੋਗਾ ਨਹੀਂ ਰਹਿਣ ਦਿੰਦਾ ਬਹਰ ਨਾ ਲੇਖਾ ਪੁੱਛ ਬੁਲਾਇਆ ਕਿਸੇ ਨੂੰ ਫਿਰ ਉਹ ਦੁਬਾਰਾ ਹੱਥ ੱਡਣ ਜੋਗਾ ਨਹੀਂ ਰਹਿਣ ਦਿੰਦਾ ਇਹ ਸਤਿਗੁਰੂ ਜੀ ਕੀ ਜੀਵਾਂ ਨੂੰ ਫਿਰ ਵਿਡਿਆਈ ਪ੍ਰਾਪਤ ਹੋ ਸਕਦੀ ਆ ਪ੍ਰਸ਼ਨ ਕਰਦੇ ਆ ਕੀ ਸਤਗੁਰੂ ਜੀ ਜੀਵਾਂ ਨੂੰ ਫਿਰ ਪਰਮੇਸ਼ਵਰ ਵਾਹਿਗੁਰੂ ਦੀ ਵਡਿਆਈ ਭਲਾ ਜਿਹੜੀ ਉਹ ਪ੍ਰਾਪਤ ਹੋ ਸਕਦੀ ਆ ਤਾਂ ਸਤਗੁਰੂ ਇਸ ਦੇ ਅੰਤਰੀਵਰਥਾਂ ਵਿੱਚ ਦੱਸਦੇ ਆ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਦਾ ਏ ਭਾਈ ਪਰਮੇਸ਼ਰ ਦੀ ਵਡਿਆਈ ਤਾਂ ਵੱਡੀ ਆ ਪਰ ਜੇਕਰ ਇਹ ਜੀਵ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਕੀਰਤਨ ਜਸ ਕਰੇ ਤਾ ਇਸ ਦੀ ਵੀ ਵਿੜਿਆਈ ਵੱਡੀ ਹੋ ਸਕਦੀ ਆ ਸਾਰੀ ਦੁਨੀਆ ਪਰਮੇਸ਼ਰ ਦਾ ਰੂਪ ਜਾਣ ਕੇ ਪੂਜਣ ਪੂਜਣ ਲੱਗ ਪੈਂਦੀ ਹੈ ਸੋ ਅੱਗੇ ਸਤਿਗੁਰੂ ਧੰਗੁਰੂ ਅਮਰਦਾਸ ਮਹਾਰਾਜ ਜੀ ਪਚਾਸੀ ਅੰਗ ਤੇ ਕਿਰਪਾ ਕਰ ਰਹੇ ਹਨ ਸਲੋਕ ਮਹੱਲਾ 3 ਜਾਂ ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨ ਨਾਲ ਸਾਰੀ ਦੁਨੀਆ ਹੀ ਮੈਂ ਮੈਂ ਕਰਦੀ ਮਰ ਰਹੀ ਆ ਪਰ ਇਹ ਸੰਪੂਰਨ ਇਹ ਸੰਪਦਾ ਧਨ ਪਦਾਰਥ ਤੇ ਆਦ ਸਾਥ ਨਹੀਂ ਜਾਂਦੀ ਦੂਜੇ ਪਾਏ ਦੁੱਖ ਪਾਇਆ ਸਭ ਜੋ ਹੀ ਜਮ ਕਾਲ ਮਨ ਮੁੱਖਾਂ ਨੂੰ ਦਵੇਤ ਭਾਵ ਵਿੱਚ ਪੈ ਕੇ ਦੁੱਖ ਹੀ ਪ੍ਰਾਪਤ ਹੁੰਦਾ ਸਾਰੀ ਦੁਨੀਆ ਜਮ ਕਾਲ ਨੇ ਜੋ ਹੀ ਭਾਵਤਾੜੀ ਦੇਖੀ ਹੋਈ ਆ ਕੇ ਇਸ ਨੂੰ ਇੱਕ ਦਿਨ ਨਾਸ਼ ਕਰ ਦੇਣਾ ਹੈ ਜਿਵੇਂ ਜਿਹੜੇ ਚੋਰ ਲੋਕ ਹੁੰਦੇ ਆ ਉਹ ਜਿਹੜੇ ਜਿੱਥੇ ਵੀ ਕਿਤੇ ਚੋਰੀ ਕਰਨੀ ਹੁੰਦੀ ਆ ਪਹਿਲਾਂ ਉਸ ਚੀਜ਼ ਨੂੰ ਤਾੜ ਵਿੱਚ ਰੱਖਦੇ ਆ ਪਾ ਉਹ ਉਸ ਨੂੰ ਨਿਗਾਹ ਵਿੱਚ ਰੱਖਦੇ ਆ ਉਸ ਵੱਲ ਕਈ ਦਿਨ ਦੇਖਦੇ ਰਹਿੰਦੇ ਆ ਔਰ ਆਪਣਾ ਜਿਹੜੀ ਆ ਨਿਗਾਹ ਪੱਕੀ ਕਰ ਲੈਂਦੇ ਆ ਕਿ ਇਹ ਰੋਜ਼ ਚੀਜ਼ ਇੱਥੇ ਹੁੰਦੀ ਆ ਇਹ ਇਨਸਾਨ ਇਸ ਟਾਈਮ ਤੇ ਇੱਥੇ ਜਾਂਦਾ ਇੱਥੋਂ ਆਉਂਦਾ ਇਸ ਢੰਗ ਨਾਲ ਉਹ ਜਿਹੜਾ ਜਮਕਾਲ ਆ ਉਹ ਵੀ ਜਦੋਂ ਇੱਕ ਵਾਰੀ ਫਿਰ ਦੇਖ ਲੈਂਦਾ ਕਿ ਆਹ ਜੀਵ ਨੂੰ ਮੈਂ ਲੈ ਕੇ ਜਾਣਾ ਹੈ ਨਾਸ਼ ਕਰਨਾ ਹੈ ਨਾਨਕ ਗੁਰਮੁਖ ਉਬਰੇ ਸਾਚਾ ਨਾਮ ਸਮਾਲ ਸਤਿਗੁਰੂ ਜੀ ਕਥਨ ਕਰਦੇ ਹਨ ਜਿਹੜੇ ਸੱਚੇ ਅਕਾਲਪੁਰਖ ਵਾਹਿਗੁਰੂ ਦੇ ਨਾਮ ਨੂੰ ਸੰਭਾਲ ਕੇ ਇਹ ਚੇਤੇ ਕਰਦੇ ਆ ਭਾਵ ਆਪਣੇ ਹਿਰਦੇ ਅੰਦਰ ਯਾਦ ਕਰਦੇ ਆ ਉਹ ਗੁਰਮੁਖ ਜਨ ਜੰਮਣ ਮਰਨ ਦੇ ਦੁੱਖਾਂ ਤੋਂ ਉਬਰੇ ਬਚ ਗਏ ਹਨ ਮਹੱਲਾ ਪਹਿਲਾ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਸ ਵੇਲੇ ਤ੍ਰਿਆ ਰਾਜ ਵਿੱਚ ਗਏ ਉਸ ਵੇਲੇ ਭਾਈ ਮਰਦਾਨਾ ਜੀ ਸਤਿਗੁਰੂ ਜੀ ਨੂੰ ਆਖਣ ਲੱਗੇ ਕਿ ਮੈਨੂੰ ਬੜੀ ਪਿਆਸ ਲੱਗੀ ਹੈ ਮੈਂ ਪਾਣੀ ਪੀਣ ਜਾਣਾ ਹੈ ਗਰੀਬ ਨਿਵਾਜ ਸਤਿਗੁਰੂ ਭਾਈ ਮਰਦਾਨਾ ਜੀ ਨੂੰ ਆਖਣ ਲੱਗੇ ਇਸ ਥਾਂ ਤੇ ਬੜੀਆਂ ਬਲਾਵਾਂ ਰੈਂਦੀਆਂ ਹਨ ਜਾਦੂਗਰनियां ਰੈਂਦੀਆਂ ਹਨ ਤ੍ਰਿਆ ਰਾਜ ਭਾਵ ਇੱਥੇ ਈਸਤਰੀ ਦਾ ਰਾਜ ਹੈ ਪਤੀ ਆਪਣਿਆਂ ਨੂੰ ਇਹਨਾਂ ਨੇ ਨੌਕਰ ਬਣਾ ਕੇ ਗੁਲਾਮ ਬਣਾ ਕੇ ਰੱਖਿਆ ਹੈ ਤੇ ਹੋਰਨਾਂ ਦੇ ਨਾਲ ਮੰਦ ਕਰਮ ਕਰਦੀਆਂ ਹਨ ਤੂੰ ਪਾਣੀ ਪੀਣ ਨੂੰ ਰਹਿਣ ਦੇ ਤਾਂ ਭਾਈ ਮਰਦਾਨਾ ਜੀ ਆਖਣ ਲੱਗੇ ਕਿ ਨਹੀਂ ਮਹਾਰਾਜ ਮੈਂ ਪਾਣੀ ਪੀ ਕੇ ਹੁਣੇ ਹੀ ਆਪ ਜੀ ਦੇ ਪਾਸ ਆ ਜਾਵਾਂਗਾ ਮੈਨੂੰ ਜਾਣ ਦੀ ਆਗਿਆ ਦੇ ਦੇਵੋ ਸਤਿਗੁਰੂ ਪਾਤਸ਼ਾਹ ਪਿੰਡ ਦੇ ਬਾਹਰ ਜਾ ਕੇ ਬੈਠ ਗਏ ਭਾਈ ਮਰਦਾਨਾ ਜੀ ਕਿਸੇ ਦੇ ਘਰ ਪਾਣੀ ਪੀਣ ਚਲੇ ਗਏ ਉੱਥੇ ਇੱਕ ਇਸਤਰੀ ਨੇ ਭਾਈ ਮਰਦਾਨਾ ਜੀ ਨੂੰ ਪਲੰਗ ਤੇ ਬਿਠਾ ਦਿੱਤਾ ਉਸ ਔਰਤ ਨੇ ਭਾਈ ਮਰਦਾਨਾ ਜੀ ਦਾ ਬਹੁਤ ਆਦਰ ਸਤਕਾਰ ਕੀਤਾ ਭਾਈ ਮਰਦਾਨਾ ਜੀ ਨੂੰ ਉਹ ਔਰਤ ਪੁੱਛਣ ਲੱਗੀ ਕਿ ਤੁਸੀਂ ਕਿੱਥੋਂ ਆਏ ਹੋ ਭਾਈ ਮਰਦਾਨਾ ਜੀ ਆਖਣ ਲੱਗੇ ਕਿ ਅਸੀਂ ਪੰਜਾਬ ਵਿੱਚ ਨਨਕਾਣਾ ਸਾਹਿਬ ਦੀ ਧਰਤੀ ਤੋਂ ਆਏ ਹਾਂ ਭਾਈ ਮਰਦਾਨਾ ਜੀ ਨੇ ਉਸ ਨੂੰ ਪਾਣੀ ਪੀਣ ਲਈ ਕਿਹਾ ਤਾਂ ਉਹ ਭਾਈ ਸਾਹਿਬ ਜੀ ਨੂੰ ਕਹਿਣ ਲੱਗੀ ਮੈਂ ਹੁਣੇ ਆਪ ਜੀ ਨੂੰ ਪਾਣੀ ਪਿਲਾਉਂਦੀ ਹਾਂ ਉਸ ਔਰਤ ਨੇ ਪਾਣੀ ਦੇ ਬਹਾਨੇ ਭਾਈ ਮਰਦਾਨਾ ਜੀ ਦੇ ਗਲ ਵਿੱਚ ਤੰਦ ਪਾ ਦਿੱਤਾ ਉਸ ਵੇਲੇ ਭਾਈ ਮਰਦਾਨਾ ਜੀ ਨੂੰ ਐਸਾ ਪ੍ਰਤੀਤ ਹੋਇਆ ਕਿ ਮੈਂ ਮੇਡਾ ਬਣ ਗਿਆ ਹਾਂ ਉਸ ਤੋਂ ਬਾਅਦ ਭਾਈ ਮਰਦਾਨਾ ਜੀ ਭਿਆ ਭਿਆ ਕਰਨ ਲੱਗਾ ਉਸ ਔਰਤ ਨੇ ਮੇਡਾ ਬਣੇ ਹੋਏ ਭਾਈ ਮਰਦਾਨਾ ਜੀ ਨੂੰ ਕਿੱਲੇ ਨਾਲ ਬੰਨ ਦਿੱਤਾ ਕਈ ਵਿਅਕਤੀਆਂ ਦਾ ਐਸਾ ਖਿਆਲ ਹੈ ਕਿ ਜਾਦੂਗਰ ਦੇਹ ਨਹੀਂ ਪਲਟ ਸਕਦੇ ਸੁਰਤ ਪਲਟ ਦਿੰਦੇ ਹਨ ਪਰੰਤੂ ਇੱਥੇ ਸਾਖੀ ਵਿੱਚ ਐਸਾ ਲਿਖਿਆ ਹੈ ਕਿ ਭਾਈ ਮਰਦਾਨਾ ਮੇਡਾ ਬਣ ਗਿਆ ਭਾਈ ਮਰਦਾਨਾ ਜੀ ਦੁੱਖ ਸਹਿੰਦੇ ਹੋਏ ਮਨ ਹੀ ਮਨ ਵਿੱਚ ਐਸਾ ਸੋਚਣ ਲੱਗੇ ਕਿ ਮੈਂ ਗੁਰੂ ਸਾਹਿਬ ਜੀ ਦਾ ਬਚਨ ਨਹੀਂ ਮੰਨਿਆ ਤਾਂ ਮੈਨੂੰ ਐਸੀ ਬਲਾ ਚਿੰਬੜ ਗਈ ਹੈ ਭਾਈ ਮਰਦਾਨਾ ਜੀ ਮੇਂਡਾ ਬਣੇ ਬੈਠੇ ਉੱਥੇ ਰੌਲਾ ਪਾਉਣ ਲੱਗੇ ਅਤੇ ਐਸਾ ਖਿਆਲ ਸੋਚਣ ਲੱਗੇ ਪਤਾ ਨਹੀਂ ਹੁਣ ਮੇਰਾ ਇੱਥੋਂ ਕਦੋਂ ਅਤੇ ਕਿਵੇਂ ਛੁਟਕਾਰਾ ਹੋਵੇਗਾ ਗੁਰੂ ਪਾਤਸ਼ਾਹ ਬੈਠੇ ਬੈਠੇ ਹੱਸ ਪਏ ਤਾਂ ਭਾਈ ਬਾਲਾ ਜੀ ਕਹਿਣ ਲੱਗੇ ਪਾਤਸ਼ਾਹ ਜੀ ਆਪ ਜੀ ਦੇ ਹਸਣ ਦਾ ਕਾਰਨ ਕੀ ਹੈ ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਮਰਦਾਨਾ ਜੀ ਪਾਣੀ ਪੀਣ ਗਿਆ ਹੈ ਮੁਸੀਬਤ ਵਿੱਚ ਫਸ ਗਿਆ ਹੈ ਜੋ ਕੀਰਤਨ ਸੁਣਾਉਂਦਾ ਸੀ ਅੱਜ ਮਿੰਡਾ ਬਣ ਗਿਆ ਹੈ ਗਰੀਬ ਨਿਵਾਜ਼ ਸਤਿਗੁਰੂ ਉਸ ਵਕਤ ਆਖਣ ਲੱਗੇ ਭਾਈ ਬਾਲਾ ਆਓ ਆਪਾਂ ਭਾਈ ਮਰਦਾਨੇ ਨੂੰ ਛੁਡਾ ਕੇ ਲਿਆਈਏ ਜਿਸ ਵਕਤ ਸਤਿਗੁਰੂ ਜੀ ਭਾਈ ਮਰਦਾਨੇ ਨੂੰ ਛਡਾਉਣ ਲਈ ਗਏ ਤਾਂ ਰਸਤੇ ਵਿੱਚ ਇੱਕ ਔਰਤ ਖੂਹ ਤੋਂ ਪਾਣੀ ਦਾ ਘੜਾ ਭਰ ਕੇ ਲਿਆ ਰਹੀ ਸੀ ਇਕ ਔਰਤ ਗੁਰੂ ਸਾਹਿਬ ਜੀ ਦੇ ਗਲ ਵਿੱਚ ਵੀ ਤੰਦ ਪਾਉਣ ਲੱਗੀ ਤਾਂ ਉਹ ਸੂਰੀ ਬਣ ਗਈ ਤੇ ਦੂਜੀ ਭਾਈ ਬਾਲਾ ਜੀ ਦੇ ਗਲ ਵਿੱਚ ਤੰਦ ਪਾਉਣ ਲੱਗੀ ਤਾਂ ਉਹ ਕੁੱਤੀ ਬਣ ਗਈ ਜਦੋਂ ਘੜੇ ਵਾਲੀ ਆਈ ਤਾਂ ਹਜੂਰ ਨੇ ਬਚਨ ਕੀਤਾ ਕਲਰ ਕੀਆ ਬਣਜਾਰੀਆ ਝੂੰਗੇ ਮੁਸਕ ਮੰਗੇਨ ਅਮਲਾਂ ਬਾਝੋਂ ਨਾਨਕਾ ਕਿਉ ਕਰ ਕੰਤ ਮਲੇਨ ਇਹ ਗੁਰਬਾਣੀ ਦਾ ਬਚਨ ਨਹੀਂ ਹੈ ਪਹਿਲਾਂ ਦੱਸ ਦੀਏ ਇਤਿਹਾਸਕ ਪ੍ਰਮਾਣ ਹੈ ਇਹ ਵਚਨ ਜਨਮ ਸਾਖੀ ਵਿੱਚ ਹਨ ਜਦੋਂ ਸਤਿਗੁਰੂ ਪਾਲਸ਼ਾ ਜੀ ਨੇ ਐਸੇ ਵਚਨ ਕੀਤੇ ਤਾਂ ਉਸ ਔਰਤ ਦੇ ਸਿਰ ਤੇ ਰੱਖਿਆ ਘੜਾ ਸਿਰ ਉੱਤੇ ਹੀ ਜੁੜ ਗਿਆ ਉਸ ਨੇ ਬੜੇ ਯਤਨ ਕੀਤੇ ਮੰਤਰ ਪੜੇ ਉਥੇ ਇੱਕ ਨੂਰ ਸ਼ਾਹ ਦੀ ਚੇਲੀ ਉਹ ਵੀ ਤ੍ਰਿਆ ਰਾਜ ਵਿੱਚ ਰਾਜ ਕਰ ਰਹੀ ਸੀ ਉਸ ਨੇ ਵੀ ਬੜੇ ਜੰਤਰ ਮੰਤਰ ਤੰਤਰ ਪੜੇ ਪਰ ਉਹ ਘੜਾ ਥੱਲੇ ਨਾ ਉਤਰਿਆ ਜਿਸ ਤਰ੍ਹਾਂ ਧਰਤੀ ਵਿੱਚ ਪਹਾੜ ਗੱਡਿਆ ਗਿਆ ਹੁੰਦਾ ਏਸੀ ਤਰ੍ਹਾਂ ਪਾਣੀ ਦਾ ਘੜਾ ਪੱਥਰ ਵਾਂਗ ਜੁੜਿਆ ਹੀ ਰਿਹਾ ਉਹ ਘੜਾ ਜਦੋਂ ਨਾਲ ਹੀ ਜੁੜਿਆ ਰਿਹਾ ਉੱਪਰ ਹੁੰਦਾ ਹੀ ਸੀ ਨਹੀਂ ਨਾ ਥੱਲੇ ਹੁੰਦਾ ਸੀ ਨਾ ਪਾਣੀ ਡੋਲਦਾ ਸੀ ਉਹ ਇਸਤਰੀ ਬੜੀ ਦੁਖੀ ਹੋਈ ਦੁਖੀ ਹੋਈ ਉਹ ਇਸਤਰੀ ਆਪਣੇ ਦਿਲ ਵਿੱਚ ਸੋਚਣ ਲੱਗੀ ਮੈਂ ਫਕੀਰ ਦੀ ਅਵਗਿਆ ਕੀਤੀ ਹੈ ਮੈਂ ਮਹਾਤਮਾ ਨੂੰ ਮੇਂਡਾ ਬਣਾ ਰੱਖਿਆ ਹੈ ਉਸਦੀ ਬੜੀ ਨਰਾਦਰੀ ਕੀਤੀ ਹੈ ਆਪਾਂ ਬਹਾਤਮਾ ਜੀ ਪਾਸ ਜਾ ਕੇ ਆਪਣੀ ਭੁੱਲ ਬਖਸ਼ਾ ਲਈਏ ਸਤਿਗੁਰੂ ਜੀ ਜਿੱਥੇ ਜਾ ਕੇ ਬੈਠੇ ਸਨ ਉਹ ਉੱਥੇ ਢੋਲ ਕੀ ਵਜਾਉਂਦੀਆਂ ਹੋਈਆਂ ਆਈਆਂ ਤਾਂ ਗੁਰੂ ਸਾਹਿਬ ਜੀ ਨੇ ਉਸ ਵੇਲੇ ਸ਼ਬਦ ਉਚਾਰਿਆ ਉਹ ਇਹ ਸਮਝਦਿਆਂ ਸਨ ਕਿ ਇਹ ਵੀ ਸਾਡੇ ਉੱਤੇ ਮੰਤਰ ਜੰਤਰ ਪੜਦੇ ਹਨ ਦੂਰ ਸ਼ਾ ਨਿਹਾਰ ਮੰਨੀ ਅਤੇ ਕਿਹਾ ਮਹਾਰਾਜ ਕਿਰਪਾ ਕਰਕੇ ਇਸ ਇਸਤਰੀ ਦਾ ਘੜਾ ਉਤਾਰ ਦਿਓ ਅਤੇ ਸੂਰੀ ਅਤੇ ਕੁੱਤੀ ਬਣੀਆਂ ਆਈਆਂ ਦੋਵੇਂ ਇਹਨਾਂ ਤੇ ਵੀ ਕਿਰਪਾ ਕਰੋ ਤਾਂ ਹਜੂਰ ਪਾਤਸ਼ਾਹ ਜੀ ਨੇ ਵਾਹਿਗੁਰੂ ਮੰਤਰ ਉਚਾਰਨ ਕੀਤਾ ਤੇ ਉਸ ਦਾ ਘੜਾ ਸਿਰ ਤੋਂ ਲਾ ਦਿੱਤਾ ਉਹਨਾਂ ਨੇ ਭਾਈ ਮਰਦਾਨਾ ਜੀ ਤੋਂ ਵੀ ਭੁੱਲ ਮੰਨੀ ਜਿਹੜੀ ਕੂਕਰੀ ਅਤੇ ਸੂਰੀ ਬਣੀਆਂ ਆਈਆਂ ਨੂੰ ਵੀ ਮਨੁੱਖਾ ਦੇ ਬਖਸ਼ੀ ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਅੱਗੇ ਤੋਂ ਐਸੇ ਕੰਮਾਂ ਤੋਂ ਤੌਬਾ ਕਰੋ ਤੇ ਕੋਈ ਵੀ ਸੰਤ ਭਗਤ ਫਕੀਰ ਆਵੇ ਆਉਸ ਦੀ ਸੇਵਾ ਕਰੋ ਇਸ ਤਰ੍ਹਾਂ ਮੰਤਰ ਜੰਤਰ ਦੇ ਨਾਲ ਕਿਸੇ ਨੂੰ ਵਸ ਨਾ ਕਰੋ ਐਸੀ ਸਿੱਖਿਆ ਦਿੱਤੀ ਜਿਸ ਵੇਲੇ ਉਹਨਾਂ ਇਸਤਰੀਆਂ ਨੇ ਗੁਰੂ ਸਾਹਿਬ ਜੀ ਦੇ ਕੋਲ ਆਪਣੇ ਖੋਟੇ ਕਰਮਾਂ ਦਾ ਵਾਰਤਕ ਰੂਪ ਵਿੱਚ ਵਿਖਿਆਨ ਕੀਤਾ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਭਾਵ ਅੰਮ੍ਰਿਤ ਰੂ ਬਾਣੀ ਵਿੱਚ ਪ੍ਰਗਟ ਕੀਤਾ ਜਦੋਂ ਕੋਈ ਗੁਨਾਹ ਕਰਨ ਵਾਲਾ ਆਪਣੇ ਗੁਨਾਹਾਂ ਨੂੰ ਸਬਕਾਰ ਕਰ ਲਵੇ ਕਿ ਮੈਂ ਪਾਪੀ ਹਾਂ ਮੈਂ ਮੰਦਾ ਹਾਂ ਫਿਰ ਗੁਰੂ ਪਰਮੇਸ਼ਰ ਉਸ ਵਿੱਚ ਚੰਗਿਆਈਆਂ ਭਰ ਦਿੰਦਾ ਹੈ ਜਾਦੂਗਰਨੀ ਨੂਰ ਸ਼ਾ ਤੇ ਉਸ ਦੀਆਂ ਸਾਥਣਾ ਨੇ ਜੋ ਗੁਨਾਹ ਕਬੂਲ ਕੀਤਾ ਉਸ ਦਾ ਭਾਵ ਸਤਿਗੁਰੂ ਜੀ ਪਹਿਲਾਂ ਸ਼ਬਦ ਵਿੱਚ ਪ੍ਰਗਟ ਕਰਦੇ ਹਨ ਫਿਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਗੱਲیں ਅਸੀਂ ਚੰਗੀਆਂ ਆਚਾਰੀ ਬੁਰੀਆਹ ਸੱਚੇ ਬਾਦਸ਼ਾਹ ਆਖਣ ਲੱਗੀ ਅਸੀਂ ਗੱਲਾਂ ਨਾਲ ਬੜੀਆਂ ਚੰਗੀਆਂ ਬਣੀਆਂ ਫਿਰਦੀਆਂ ਅਤੇ ਆਪਣੇ ਆਪ ਨੂੰ ਬੜੀਆਂ ਨੇਕ ਤੇ ਪਤੀ ਵਰਤਾ ਕਹਾਉਂਦੀਆਂ ਹਨ ਪਰੰਤੂ ਸਾਡੇ ਆਚਾਰੀ ਕਰਤਵ ਬੁਰੀਆ ਬੁਰੀਾਈ ਕਰਨ ਵਾਲੇ ਹਨ ਕਿ ਸਾਡੀ ખોਟੀ ਦ੍ਰਿਸ਼ਟੀ ਹੈ ਇਸ ਪ੍ਰਕਾਰ ਅਸੀਂ ਆਪਣੇ ਆਚਰਨ ਕਰਕੇ ਬਹੁਤ ਮੰਦੀਆਂ ਹਾਂ ਮਨਹੁ ਕੁਸੁੱਦਾ ਕਾਲੀਆਂ ਬਾਹਰ ਚਿਟਵੀ ਆਹ ਅਸੀਂ ਮਨ ਕਰਕੇ ਕੁਸੁੱਧਾ ਅਪਵਿੱਤਰ ਹਾਂ ਹਰ ਸਮੇਂ ਵਿਸ਼ਿਆਂ ਦੀ ਵਾਸ਼ਨਾ ਰੱਖਦੀਆਂ ਹਾਂ ਸਾਡੀਆਂ ਬਿਰਤੀਆਂ ਕਾਲੀਆਂ ਭਾਵ ਪਾਪਾਂ ਵਾਲੀਆਂ ਹੋ ਗਈਆਂ ਭਾਵੇਂ ਅਸੀਂ ਬਾਹਰ ਸਰੀਰ ਕਰਕੇ ਵੇਖਣ ਨੂੰ ਚਿੱਟਵੀਆਂ ਬੜੀਆਂ ਸਾਫ਼ ਸੁਥਰੀਆਂ ਦਿਸਦੀਆਂ ਹਾਂ ਰੀਸਾਂ ਕਰਹਿ ਤੇਣਾੜੀਆਂ ਜੋ ਸੇਵਹ ਦਰ ਖੜੀਆਂ ਅਸੀਂ ਤੇ ਨਾੜੀਆਂ ਉਹਨਾਂ ਦੀਆਂ ਰੀਸਾਂ ਕਰਦੀਆਂ ਵਾਂ ਜਿਹੜੀਆਂ ਪਤੀ ਵਰਤਾ ਧਰਮ ਵਾਲੀਆਂ ਇਸਤਰੀਆਂ ਹਨ ਜੋ ਆਪਣੇ ਪਤੀ ਦੇ ਦਰ ਬੂਹੇ ਤੇ ਸੇਵਾ ਹੈ ਕੀਏ ਟਹਿਲ ਵਿੱਚ ਖੜੀਆਂ ਖੜੀਆਂ ਰਹੀਆਂ ਨਾਲ ਖਸਮੈ ਰਤਿਆ ਮਾਣੈ ਸੁਖ ਰਲਿਆਹ ਜਿਹੜੀਆਂ ਆਪਣੇ ਮਾਲਕ ਪਤੀ ਨਾਲ ਰੰਗੀਆਂ ਹੋਈਆਂ ਉਹ ਸਦਾ ਹੀ ਸੁਖ ਦੀਆਂ ਰਲਿਆ ਖੁਸ਼ੀਆਂ ਮਾਣਦੀਆਂ ਹਨ ਉਹ ਦੇ ਤਾਣ ਨਿਤਾਣੀਆਂ ਰਹੇ ਨਿਮਾਨਣੀਆਂ ਐ ਐਸੀਆਂ ਬੀਬੀਆਂ ਵਿੱਚ ਆਪਣੇ ਮਾਪਿਆਂ ਦਾ ਭੈਣ ਭਰਾਵਾਂ ਦਾ ਆਪਣੇ ਸਰੀਰ ਦਾ ਅਤੇ ਆਪਣੇ ਗੁਰਾਂ ਦਾ ਆਤ ਦਾ ਵੀ ਤਾਣ ਬਲ ਹੁੰਦਾ ਐਸਾ ਹੁੰਦੇ ਹੋਏ ਉਹ ਫਿਰ ਵੀ ਨਿਤਾਣੀਆਂ ਹੀ ਬਣੀਆਂ ਰਹਿੰਦੀਆਂ ਐਸੀਆਂ ਇਸਤਰੀਆਂ ਨੂੰ ਲਾਇਕ ਜਾਣ ਕੇ ਦੁਨੀਆ ਬੜਾ ਆਦਰ ਮਾਨ ਸਤਿਕਾਰ ਦਿੰਦੀ ਪਰ ਫਿਰ ਵੀ ਉਹ ਨਿਮਾਨਣੀਆਂ ਆ ਮਾਨ ਤੋਂ ਰਹਿਤ ਹੋ ਕੇ ਰਿੰਦੀਆਂ ਹਨ ਨਾਨਕ ਜਨਮ ਸਕਾਰਥਾ ਜੇ ਤੈਨ ਕੈ ਸੰਗ ਮਿਲਾਹ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਬੀਬੀਆਂ ਦਾ ਜਨਮ ਸਫਲ ਹੈ ਜੇਕਰ ਪਰਮੇਸ਼ਰ ਐਸੀਆਂ ਸਕਾਰਥ ਜਨਮ ਵਾਲੀਆਂ ਬੀਬੀਆਂ ਦੇ ਨਾਲ ਮੇਲ ਦੇਵੇ ਆਪਣਾ ਸੰਗ ਮੇਲ ਲਵੇ ਤਾਂ ਦੂਸਰੀਆਂ ਦਾ ਵੀ ਉਹਨਾਂ ਨਾਲ ਮੇਲ ਹੋਣ ਕਰਕੇ ਜਨਮ ਸਫਲਾ ਹੋ ਜਾਵੇਗਾ ਉਹ ਵੀ ਪਤੀ ਵਰਤਾ ਧਰਮ ਵਾਲੀਆਂ ਹੋ ਕਰਕੇ ਸਫਲੀਆਂ ਹੋ ਜਾਣਗੀਆਂ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਪਾਤਸ਼ਾਹ ਜੀ ਫਰਮਾਉਂਦੇ ਅੱਗੇ ਪੌੜੀ ਰਾਣੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿ ਹੇ ਪਰਮੇਸ਼ਰ ਤੂੰ ਆਪੇ ਆਪ ਹੀ ਪਾਣੀ ਰੂਪ ਹੈ ਅਤੇ ਆਪੇ ਹੀ ਆਪ ਪਾਣੀ ਵਿੱਚ ਰਹਿਣ ਵਾਲੀ ਮੀਨਾ ਮੱਛੀ ਰੂਪ ਹੈ ਅਤੇ ਆਪੇ ਹੀ ਆਪ ਜਾਲ ਰੂਪ ਹੈ ਤੂੰ ਆਪੇ ਜਾਲ ਬਤਾਏ ਦਾ ਆਪੇ ਵਿੱਚ ਸੇਬਾਲ ਤੂੰ ਆਪੇ ਹੀ ਜਾਲ ਨੂੰ ਬਤਾਏ ਦਾ ਹੁੰਦਾ ਫੇਰਨ ਵਾਲਾ ਬਚਾਉਣ ਵਾਲਾ ਤੇ ਆਪ ਹੀ ਪਾਣੀ ਵਿੱਚ ਪੈਦਾ ਹੋਣ ਵਾਲਾ ਸੇਬਾਲ ਜਾਲਾ ਰੂਪ ਹੈ ਤੂੰ ਆਪੇ ਕਮਲ ਅਲਿਪਤ ਹੈ ਸੈ ਹੱਥਾਂ ਵਿੱਚ ਗੁਲਾਲ ਸੈ ਕਈ ਸੈਂਕੜੇ ਹੱਥ ਤਲਾਬਾਂ ਆਦ ਦੇ ਗੁਲਾਲ ਪਾਣੀ ਵਿੱਚ ਤੂੰ ਆਪ ਹੀ ਕਮਲ ਵਤ ਅਲਿਪਤ ਨਰਲੇਪ ਰਹਿਣ ਵਾਲਾ ਤੂੰ ਆਪ ਹੀ ਪਾਣੀ ਵਿੱਚ ਨਰਲੇਪ ਰਹਿਣ ਵਾਲੇ ਕਮਲ ਦੀ ਨਿਆਈ ਹੋ ਕਰਕੇ ਜੋ ਸੈਂਕੜੇ ਹੱਥਾਂ ਰੂਪੀ ਲਹਿਰਾਂ ਦੀ ਪਛਾੜ ਵਿੱਚ ਹੋ ਕੇ ਫੇਰ ਵੀ ਲਾਲ ਗੁਲਾਲ ਭਾਵ ਖੜਿਆ ਰਹਿਦਾ ਕਹਿਣ ਤੂੰ ਭਾਵ ਕਿੰਨੀਆਂ ਪਾਣੀ ਦੀਆਂ ਲਹਿਰਾਂ ਆਉਂਦੀਆਂ ਤੂਫਾਨ ਆਉਂਦੇ ਸਮੁੰਦਰ ਵਿੱਚ ਛੱਲਾਂ ਉਛਲਦੇ ਆਂ ਪਰ ਤੂੰ ਫੇਰ ਵੀ ਕਮਲ ਦੀ ਨਿਆਈ ਲਾਲ ਗੁਲਾਲ ਰਹਿਣਾ ਖਿੜਿਆ ਰਹਿਣਾ ਹੈ ਤੂੰ ਆਪੇ ਮੁਕਤ ਕਰਾਏ ਦਾ ਇੱਕ ਨਿਮਖ ਕੜੀ ਕਰ ਖਿਆਲ ਏ ਅਕਾਲ ਪੁਰਖ ਵਾਹਿਗੁਰੂ ਜੀ ਤੂੰ ਆਪ ਹੀ ਗੁਰਮਖ ਜਨਾਂ ਨੂੰ ਗੁਰਾਂ ਦੁਆਰਾ ਉਪਦੇਸ਼ ਦੇ ਕੇ ਮੁਕਤ ਕਿਰਾਏ ਦਾ ਮੁਕਤ ਕਰਵਾ ਦਿਨਾ ਜੋ ਇੱਕ ਘੜੀ ਵਿੱਚੋਂ ਛਿੰਨ ਮਾਤਰ ਵੀ ਤੇਰਾ ਧਿਆਨ ਧਰਦੇ ਆ ਹਰ ਤੁਦਹ ਬਾਹਰ ਕਿਸ ਨਹੀਂ ਗੌਰ ਸਬਦੀ ਵੇਖ ਨਿਹਾਲ ਏ ਵਾਹਿਗੁਰੂ ਤੁਹਾਡੇ ਤੋਂ ਬਾਹਰ ਕੁਝ ਵੀ ਨਹੀਂ ਜਿੰਨਾ ਗੁਰਮੁਖ ਜਨਾਂ ਨੇ ਗੁਰੂ ਦੇ ਉਪਦੇਸ਼ ਦੀ ਕਮਾਈ ਕੀਤੀ ਹੈ ਉਹਨਾਂ ਨੂੰ ਵੇਖ ਕਰਕੇ ਪ੍ਰਸੰਨ ਹੋ ਜਾਈਦਾ ਗੁਰਮੁਖ ਜਨ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਆਪਣਾ ਨਿਜਸ ਰੂਪ ਵੇਖ ਕੇ ਨਿਹਾਲ ਹੋ ਜਾਂਦੇ ਆ ਸਲੋਕ ਮਹੱਲਾ 3 ਅੰਤਰਜਾਮੀ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਸ੍ਰੀ ਗੁਰੂ ਗੋਵਿੰਦਵਾਲ ਸਾਹਿਬ ਸੰਗਤਾਂ ਦੇ ਤਾਂ ਹੀ ਅੰਮ੍ਰਿਤ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਸਨ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਪਾਸ ਸਿੱਖਾਂ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ ਜੀਓ ਜੀਵ ਸੋਗ ਦੇ ਸਹਿਤ ਦੁਖੀ ਹੋ ਕੇ ਵਿਰਲਾਪ ਕਿਉਂ ਕਰਦੇ ਰਹਿੰਦੇ ਆ ਹਜ਼ੂਰ ਪਾਤਸ਼ਾਹ ਫਰਮਾਉਂਦੇ ਹਨ ਕਿ ਗੁਰਸਿੱਖੋ ਉਹਨਾਂ ਜੀਵਾਂ ਦੀ ਐਸੀ ਹਾਲਤ ਹੁੰਦੀ ਆ ਹੁਕਮ ਨਾ ਜਾਣੈ ਬਹੁਤਾ ਰੋਵੈ ਇਹ ਜੀਵ ਰੂਪੀ स्त्री ਪਰਮੇਸ਼ਰ ਦੇ ਭਾਣੇ ਨੂੰ ਜਾਣਣੇ ਕਰਕੇ ਨਾ ਜਾਣਨ ਕਰਕੇ ਆਪਣੇ ਕੀਤੇ ਕਰਮਾਂ ਦੀ ਕਰਣੀ ਅਨਸਾਰ ਬਹੁਤਾ ਅਤਿਆੰਤ ਰੋਂਦੀ ਹੈ ਪਰਮੇਸ਼ਰ ਦਾ ਹੁਕਮ ਨਾ ਮੰਨਣ ਕਰਕੇ ਵਿਰਲਾਪ ਕਰਦੀ ਰਹਿੰਦੀ ਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵਿੱਚ ਉਪਦੇਸ਼ ਆਉਂਦਾ ਹੈ। ਕਿਸੇ ਇਲਾਕੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਗਏ। ਉਸ ਥਾਂ ਤੇ ਇੱਕ ਮਣੇ ਤੇ ਬੈਠਾ ਵਿਅਕਤੀ ਰੱਬ ਨੂੰ ਗਾਲ੍ਹਾਂ ਕੱਢ ਰਿਹਾ ਸੀ। ਕਿ ਰੱਬ ਨੇ ਮੇਰੇ ਪੁੱਤਰ ਮਾਰ ਦਿੱਤੀ। ਮੇਰਾ ਕੁਝ ਵੀ ਨਹੀਂ ਰਿਹਾ। ਗੁਰੂ ਸਾਹਿਬ ਜੀ ਨੇ ਭਾਈ ਬਾਲਾ ਜੀ ਨੂੰ ਕਿਹਾ ਕਿ ਇਸ ਨੂੰ ਸਾਡੇ ਪਾਸ ਬੁਲਾ ਕੇ ਲਿਆਓ। ਜ਼ਿਮੀਦਾਰ ਨੂੰ ਪਾਤਸ਼ਾਹ ਜੀ ਕੋਲ ਲਿਆਂਦਾ ਗੁਰੂ ਸਾਹਿਬ ਜੀ ਉਸ ਜ਼ਿਮੀਦਾਰ ਨੂੰ ਆਖਣ ਲੱਗੇ ਕਿ ਭਾਈ ਤੂੰ ਪਰਮੇਸ਼ਰ ਨੂੰ ਗਾਲਾਂ ਕਿਉਂ ਕੱਢ ਰਿਹਾ ਤਾਂ ਉਹ ਜ਼ਿਮੀਦਾਰ ਆਖਣ ਲੱਗਾ ਕਿ ਮੇਰੇ ਚਾਰ ਪੁੱਤਰ ਸਨ ਰੱਬ ਨੇ ਮੇਰੇ ਪੁੱਤਰ ਮਾਰ ਦਿੱਤੇ ਮੈਂ ਗਾਲਾਂ ਨਾ ਕੱਢਾਂ ਤਾਂ ਹੋਰ ਕੀ ਕਰਾਂ ਐਸਾ ਸੁਣ ਕੇ ਸਤਿਗੁਰੂ ਪਾਤਸ਼ਾਹ ਆਖਣ ਲੱਗੇ ਕਿ ਤੂੰ ਇਸ ਤਰ੍ਹਾਂ ਕਰ ਕਿ ਆਪਣੇ ਦੋਵੇਂ ਪੈਰ ਸਾਨੂੰ ਦੇ ਦੇ ਅਸੀਂ ਤੈਨੂੰ ਪਰਮੇਸ਼ਰ ਤੋਂ 10000 ਰੁਪਏ ਦਵਾ ਦਿੰਦੇ ਹਾਂ ਉਹ ਕਹਿਣ ਲੱਗਾ ਕਿ ਮੈਂ ਪੈਰਾਂ ਤੋਂ ਬਿਨਾਂ ਕਿਸ ਤਰ੍ਹਾਂ ਤੁਰਾਂਗਾ ਸਤਿਗੁਰੂ ਆਖਣ ਲੱਗੇ ਕਿ ਜੇਕਰ ਪੈਰ ਨਹੀਂ ਤਾਂ ਦੋਵੇਂ ਹੱਥ ਦੇ ਦੇ ਅਸੀਂ ਤੈਨੂੰ ਪਰਮੇਸ਼ਰ ਤੋਂ 20000 ਰੁਪਏ ਦਿਵਾ ਦਿੰਦੇ ਹਾਂ ਜ਼ਿੰਮੀਦਾਰ ਕਹਿਣ ਲੱਗਾ ਕਿ ਮੈਂ ਬਿਨਾਂ ਹੱਥਾਂ ਤੋਂ ਕਿਸ ਤਰ੍ਹਾਂ ਖਾਵਾ ਪੀਵਾਗਾ ਮੇਰੀ ਸਾਰੀ ਕੰਮ ਕਰਨ ਦੀ ਕਿਰਿਆ ਰੁਕ ਜਾਵੇਗੀ ਫਿਰ ਸਤਿਗੁਰੂ ਜੀ ਕਹਿਣ ਲੱਗੇ ਕਿ ਹੱਛਾ ਚੰਗਾ ਤੂੰ ਆਪਣੇ ਦੋਵੇਂ ਨੇਤਰ ਦੇ ਦੇ ਅਸੀਂ ਤੈਨੂੰ ਕਰਤਾਰ ਤੋਂ 1 ਲੱਖ ਰੁਪਇਆ ਦਿਵਾ ਦਿੰਦੇ ਹਾਂ ਉਹ ਜ਼ਮੀਨ ਦਾ ਰੱਖਣ ਲੱਗਾ ਮੈਂ ਬਿਨਾਂ ਅੱਖਾਂ ਤੋਂ ਕਿਵੇਂ ਦੇਖਾਂਗਾ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਜੇਕਰ ਹੋਰ ਕੁਝ ਨਹੀਂ ਦੇ ਸਕਦਾ ਤਾਂ ਆਪਣਾ ਸੇਰ ਹੀ ਦੇ ਦੇ ਅਸੀਂ ਤੈਨੂੰ 2 ਲੱਖ ਦਿਵਾ ਦਿੰਦੇ ਹਾਂ ਤਾਂ ਜ਼ਮੀਂਦਾਰ ਕਹਿਣ ਲੱਗਾ ਫਿਰ ਤਾਂ ਮੈਂ ਮਾਰੇ ਹੀ ਜਾਵਾਂਗਾ ਪੈਸਾ ਮੇਰੇ ਕੀ ਕੰਮ ਆਵੇਗਾ ਜਨਮ ਸਾਖੀ ਵਿੱਚ ਇਸ ਤਰ੍ਹਾਂ ਦੋਰਾ ਵੀ ਆਉਂਦਾ ਹੈ ਕਿ ਸਭ ਕੁਝ ਗੋਬਿੰਦ ਨੇ ਦਿਆ ਜਬ ਦੀਨੀ ਮਾਨਸ ਦੇਹ ਜਦੋਂ ਪਰਮੇਸ਼ਰ ਨੇ ਤੈਨੂੰ ਮਨੁੱਖਾ ਦੇਹ ਦਿੱਤੀ ਤਾਂ ਨਾਲ ਹੀ ਸਾਰਾ ਕੁਝ ਦਿੱਤਾ ਹੈ ਸਾਧ ਸੰਗ ਹਰ ਭਜਨ ਕਰ ਜਨਮ ਸਫਲ ਕਰ ਲੇ ਤੂੰ ਸਾਧ ਸੰਗਤ ਕਰ ਤੇ ਅਤੇ ਪਰਮੇਸ਼ਰ ਦਾ ਭਜਨ ਕਰਕੇ ਆਪਣਾ ਜਨਮ ਸਫਲਾ ਕਰਨਾ ਕਰ ਇਸ ਪ੍ਰਕਾਰ ਜੋ ਮਨੁੱਖਾ ਦੇਹ ਚੰਗੇ ਪਾਸੇ ਨਹੀਂ ਲਾਉਂਦੇ ਅਤੇ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਨਹੀਂ ਮੰਨਦੇ ਉਹ ਆਪਣਾ ਜਨਮ ਵਿਰਲਾਪ ਕਰਦੇ ਹੀ ਵਿਅਰਥ ਗਵਾ ਲੈਂਦੇ ਆ ਅੰਦਰ ਧੋਖਾ ਨੀਂਦ ਨਾ ਸੋਵੇ ਜੀਵ ਰੂਪ ਇਸਤਰੀ ਦੇ ਅੰਦਰ ਕਈਏ ਮਨ ਦੇ ਵਿੱਚ ਦੂਸਰਿਆਂ ਪ੍ਰਤੀ ਧੋਖਾ ਛਲ ਫਰੇਬ ਪ੍ਰਮਾਨਗਤ ਪਰਮੇਗਤ ਆਦ ਸੰਸਾ ਬਣਿਆ ਰਹਿਦਾ ਇਸ ਲਈ ਸ਼ਾਂਤੀ ਰੂਪ ਨੀਂਦ ਵਿੱਚ ਨਹੀਂ ਸੌ ਸਕਦੀ ਜੇ ਧਨ ਖਸਮੈ ਚੱਲੇ ਰਜਾਈ ਜੇਕਰ ਜੀਵ ਰੂਪ ਇਸਤਰੀ ਆਪਣੇ ਮਾਲਕ ਪਰਮੇਸ਼ਵਰ ਦੀ ਰਜਾਈ ਆਗਿਆ ਵਿੱਚ ਚੱਲਣਾ ਕਰੇ ਦਾਰ ਘਰ ਸੋਬਾ ਮਹਿਲ ਬੁਲਾਈ ਤਾਂ ਉਸ ਦੀ ਸੰਸਾਰ ਰੂਪੀ ਦਾਰ ਵਿੱਚ ਵੀ ਤੇ ਪ੍ਰਲੋਗ ਰੂਪੀ ਘਰ ਵਿੱਚ ਵੀ ਵਡਿਆਈ ਹੁੰਦੀ ਆ ਉਸ ਨੂੰ ਪਰਮੇਸ਼ਵਰ ਵੀ ਸੱਚਖੰਡ ਰੂਪੀ ਮਹਿਲ ਮਹੱਲ ਵਿੱਚ ਬੁਲਾਈ ਬਲਾ ਲੈਂਦਾ ਹੈ ਨਾਨਕ ਕਰਮੀ ਇਹ ਮਤ ਪਾਈ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਚੰਗੇ ਨਿਸ਼ਕਾਮ ਸ਼੍ਰੇਸ਼ਟ ਕਰਮਾਂ ਕਰਕੇ ਹੀ ਸਤਸੰਗਤ ਕਰਨ ਦੀ ਇਹ ਮਤ ਸਿੱਖਿਆ ਨੂੰ ਪਾਈ ਪਾਈਦਾ ਹੈ ਪ੍ਰਾਪਤ ਕੀਤਾ ਹੈ ਗੁਰ ਪ੍ਰਸਾਦੀ ਸੱਚ ਸਮਾਈ ਗੁਰਾਂ ਦੀ ਪ੍ਰਸਾਦੀ ਕਹੀਏ ਕਿਰਪਾ ਦੁਆਰਾ ਹੀ ਕਿਰਪਾ ਬਖਸ਼ਿਸ਼ ਦ੍ਰਿਸ਼ਟੀ ਦੁਆਰਾ ਹੀ ਜੀਵ ਰੂਪ ਇਸਤਰੀ ਦੀ ਸਤ ਸਰੂਪ ਪਰਮੇਸ਼ਰ ਵਿੱਚ ਸਮਾਈ ਅਭੇਦਤਾ ਹੋ ਜਾਂਦੀ ਆ ਮਹੱਲਾ ਤੀਜਾ ਮਨਮੁਖ ਨਾਮ ਵੇ ਹੂਣਿਆ ਰੰਗ ਕਸੁੰਬਾ ਦੇਖ ਨ ਭੁੱਲ। ਏ ਪਰਮੇਸ਼ਰ ਦੇ ਨਾਮ ਤੋਂ ਵੀ ਹੂਣਿਆ ਖਾਲੀ ਮਨਮੁਖ ਜੀਵ। ਕਸੰਬੇ ਰੰਗ ਦੀ ਨਿਆਈ ਨਾਸ਼ ਹੋ ਜਾਣ ਵਾਲੇ ਮਾਇਆ ਦੇ ਰੰਗ। ਵਿਸ਼ਿਆਂ ਦੇ ਰੰਗ ਪਦਾਰਥਾਂ ਦੇ ਰੰਗਾਂ ਨੂੰ ਵੇਖ ਕੇ ਪ੍ਰਮਾਤਮਾ ਨੂੰ ਨਾ ਭੁੱਲ। ਇਸ ਕਾ ਰੰਗ ਦਿਨ ਥੋੜਿਆ। ਸ਼ੋਚਾ ਇਸ ਦਾ ਮੁੱਲ। ਇਹ ਮਾਇਆ ਦਾ ਰੰਗ ਆਨੰਦ ਕੁਸੰਬੇ ਦੇ ਰੰਗ ਮੰਗ ਥੋੜੇ ਦੇਣੀ ਰਹਿਣ ਵਾਲਾ ਕੁਸੰਬੇ ਦਾ ਜਿਹੜਾ ਫੁੱਲ ਆ ਬੜਾ ਕੱਚਾ ਰੰਗ ਹੁੰਦਾ ਇਹਦਾ ਮਰਨ ਤੋਂ ਬਾਅਦ ਇਸ ਦਾ ਮੁੱਲ ਸ਼ੋਸ਼ਾ ਤੋਸ਼ ਮਾਤਰੀ ਆ ਦੂਜੈ ਲੱਗੇ ਪਚਮੋਏ ਮੂਰਖ ਅੰਧ ਗਵਾਰ ਬੇਸਮਝ ਅੰਧ ਅਗਿਆਨੀ ਤੇ ਮੂਰਖ ਜੀਵ ਦ્વੈਤ ਭਾਵ ਵਿੱਚ ਲੱਗਣ ਕਰਕੇ ਖੱਪ-ਖੱਪ ਕੇ ਮਰ ਜਾਂਦੇ ਹਨ ਮਾਨਦੇ ਅੰਦੇ ਬਾਣੀ ਕਰਕੇ ਮੂਰਖ ਤੇ ਸਰੀਰ ਕਰਕੇ ਗਵਾਰ ਬਿਵਹਾਰਾਂ ਵੱਲੋਂ ਮੂਰਖ ਸ਼ਾਸਤਰ ਗਿਆਤ ਵੱਲੋਂ ਅੰਨੇ ਤੇ ਪਰਮਾਰਥ ਵੱਲੋਂ ਗਵਾਰ ਮਨਮੁਖ ਜੀਵ ਦੂਸਰੇ ਮਾਇਕੀ ਪਦਾਰਥਾਂ ਵਿੱਚ ਲੱਗ ਕੇ ਅੰਤ ਨੂੰ ਪਾਚ ਪਾਚ ਕੇ ਕਈ ਖਵਾਰ ਹੋ ਹੋ ਕੇ ਮਰ ਜਾਂਦੇ ਆ ਬਿਸਟਾ ਅੰਦਰ ਕੀਟ ਸੇ ਪੈ ਪਚਹਿ ਵਾਰੋ ਵਾਰ ਉਹ ਮਨਮੁਖ ਜੀਵ ਬਿਸਤਾ ਉੰਦੀ ਗੰਦਗੀ ਅੰਦਰ ਭਾਵ ਵਿੱਚ ਵਸਣ ਵਾਲੇ ਕੀੜੇ ਬਣਦੇ ਆ ਅਤੇ ਵਾਰੋ-ਵਾਰ ਇੱਕ ਵਾਰ ਨਹੀਂ ਮੁੜ ਮੁੜ ਕੇ ਜੂਨਾ ਵਿੱਚ ਪੈ ਬੈ ਕੇ ਨਰਕਾਂ ਰੂਪੀ ਅਗਨੀ ਵਿੱਚ ਪਚੈ ਸੜਦੇ ਰਹਿੰਦੇ ਆ ਨਾਨਕ ਨਾਮ ਰੱਤੇ ਸੇ ਰੰਗੁਲੇ ਗੁਰ ਕੈ ਸਹਜ ਸੁਭਾਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਸ਼ਾਂਤੀ ਸੁਭਾ ਧਾਰਨ ਕੀਤਾ ਉਹ ਨਾਮ ਵਿੱਚ ਰੰਗੇ ਹੋਏ ਪਰਮੇਸ਼ਰ ਦੇ ਰੰਗਲੇ ਕੀ ਅਨੰਦ ਸਹਿਤ ਰਹਿੰਦੇ ਆ ਭਗਤੀ ਰੰਗ ਨ ਉਤਰੈ ਸਹਜੇ ਰਹੈ ਸਮਾਏ ਉਹਨਾਂ ਨੂੰ ਪਰਮੇਸ਼ਰ ਦੀ ਭਗਤੀ ਦਾ ਐਸਾ ਰੰਗ ਚੜਿਆ ਆ ਕਿ ਕਦੇ ਵੀ ਉਤਰਦਾ ਹੀ ਨਹੀਂ ਉਹ ਪਰਮੇਸ਼ਰ ਵਿੱਚ ਸੁਤੇ ਸਿੱਧ ਹੀ ਸਮਾਏ ਕੀਏ ਮਿਲੇ ਰਹਿੰਦੇ ਆ ਪੌੜੀ 66 ਉਪਾਈ ਸਭ ਤੁਦ ਆਪੇ ਰਿਜਕ ਸੰਭਾਹਿਆ हे अकाल पुरुष ਜਿੰਨੀ ਵੀ ਚਾਰ ਖਾਣੀਆਂ ਰੂਪ ਸ੍ਰਿਸ਼ਟੀ ਹੈ ਇਹ ਸਾਰੀ ਤੂੰ ਆਪ ਹੀ ਪੈਦਾ ਕੀਤੀ ਆ ਅਤੇ ਆਪ ਹੀ ਸਾਰੇ ਜੀਵਾਂ ਨੂੰ ਰਿਜਕ ਸੰਭਾਹਿਆ ਕਹੀਏ ਰੋਜੀ ਪਹੁੰਚਾਉਂਦਾ ਹੈ ਇਕ ਬਲ ਛਾਲ ਕਰ ਕਹ ਖਾਵਦੇ ਮੋਹ ਕੂੜ ਕੁਸਤ ਤੇਰੀ ਢਾਹਿਆ ਹਾਂ ਇੱਕ ਕਈ ਜੀਵ ਇੱਕ ਭਾਪ ਹੀ ਇੱਕ ਤਰ੍ਹਾਂ ਦੇ ਜੀਵੇ ਵੀ ਹਨ ਕਈ ਜੀਵ ਜਿਹੜੇ ਵਾਲਸ਼ਲ ਫਰੇਬ ਧੋਖਾ ਕਰਕੇ ਰਿਜਕ ਕਮਾਉਂਦੇ ਆ ਤੇ ਖਾਂਦੇ ਆ ਅਤੇ ਮੋਹਹੁ ਮੂਹੋ ਵੀ ਉਹ ਕੂੜ ਝੂਠੀ ਕੋ ਸਤਵਦੀ ਵਾਲੇ ਬਚਨ ਢਾਹਿਆ ਬੋਲਦੇ ਆ ਉਹਨਾਂ ਦਾ ਜੀਵਨ ਸ਼ੁਭ ਗੁਣਾ ਵੱਲੋਂ ਕਾਮ ਆਦਕਾਂ ਵਿੱਚ ਢਾਹਿਆ ਟਹਿ ਗਿਆ ਹੈ ਤੋਦੇ ਆਪੇ ਭਾਵੈ ਸੋਖ ਕਰਹਿ ਤੁਦ ਉਤੈ ਕੰਮ ਓਏ ਲਾਇਆ ਇਹ ਪਰਮੇਸ਼ਰ ਤੈਨੂੰ ਆਪੇ ਹੀ ਭੌਂਦਾ ਜੋ ਕੁਝ ਵੀ ਭਾਵ ਜੋਤ ਨੂੰ ਚੰਗਾ ਲੱਗਦਾ ਉਹੋ ਹੀ ਜੀਵਾਂ ਨੂੰ ਫਲ ਦੇਣਾ ਕਰਦਾ ਹੈ ਅਤੇ ਜੋ ਤੂੰ ਕਿਸੇ ਨੂੰ ਜਿਹੋ ਜਿਹੇ ਕੰਮ ਦੇ ਲਾਇਕ ਸਮਝਿਆ ਉਸ ਨੂੰ ਉਤੈ ਉਸੇ ਕੰਮ ਵਿੱਚ ਤੂੰ ਲਾ ਦਿੱਤਾ ਭਾਵ ਮੰਦ ਕਰਮੀਆਂ ਨੂੰ ਮੰਦੇ ਕੰਮਾਂ ਵਿੱਚ ਚੰਗਿਆਂ ਨੂੰ ਸ੍ਰੇਸ਼ਟ ਕਰਮਾਂ ਵਿੱਚ ਲਾ ਦਿੱਤਾ ਹੈ ਇਕ ਨਾਂ ਸੱਚ 부ਝਾਏ ਹੋਣ ਤਿਨਾ ਅਟੁੱਟ ਭੰਡਾਰ ਦਿਵਾਇਆ ਹਾ ਇਕ ਨਾਂ ਅਨੁਭਵ ਕਈ ਗੁਰਮੁਖ ਜਨਾਂ ਨੂੰ ਆਪ ਜੀ ਨੇ ਕਿਰਪਾ ਕਰਕੇ ਗੁਰਾਂ ਦੁਆਰਾ ਸੱਚਾ ਨਾਮ 부ਝਾਏ ਹੋਣ ਸਮਝਾ ਦਿੱਤਾ ਉਹਨਾਂ ਨੂੰ ਭਗਤੀ ਦਾ ਕਦੇ ਵੀ ਅਟੁੱਟ ਨਾਮ ਓਕਣ ਵਾਲਾ ਭੰਡਾਰ ਕਹੀਏ ਖਜ਼ਾਨਾ ਗੁਰਾਂ ਕੋਲੋਂ ਦਿਵਾ ਦਿੱਤਾ ਹੈ ਹਰ ਜੀਤ ਖਾਹੇ ਤਿਨਾ ਸਫਲ ਹੈ ਅਚੇਤਾ ਹੱਥ ਟਡਾਇਆ ਜੋ ਹਰੀ ਪਰਮੇਸ਼ਰ ਨੂੰ ਯਾਦ ਭਾਵ ਸਿਮਰ ਕੇ ਪਦਾਰਥ ਖਾਂਦੇ ਆ ਉਹਨਾਂ ਦਾ ਖਾਦਾ ਆ ਪਦਾਰਥ ਸਫਲਾ ਵਾ ਜਿਹੜੇ ਪਰਮੇਸ਼ਰ ਦੇ ਸਿਮਰਨ ਤੋਂ ਬਿਨਾ ਭੁੱਲੇ ਹੋਏ ਜੀਵ ਹਨ ਉਹ ਘਰਾਂ ਘਰਾਂ ਵਿੱਚ ਜਾ ਕੇ ਹਰੇਕ ਦੇ ਅੱਗੇ ਹੱਥ ਟਡਾਇਆ ਭਾਵ ਹੱਥ ਅੱਡਦੇ ਆ ਹੱਥ ਫੈਲਾਉਂਦੇ ਆ ਜੋ ਜੀਵ ਪਰਮੇਸ਼ਰ ਦਾ ਚਿੰਤਨ ਕਰਕੇ ਪਦਾਰਥ ਖਾਂਦੇ ਆ ਉਨ੍ਹਾਂ ਦਾ ਖਾਧਾ ਆਪਦਾਰਤ ਪਰਮੇਸ਼ਰ ਦੇ ਚਿੰਤਨ ਦੀ ਅੰਝ ਹੋਣ ਕਰਕੇ arogya ਰੂਪੀ ਸਿਹਤ ਫਲਦੇ ਹੈ ਭਾਵ ਰੋਗ ਨਹੀਂ ਪੈਦਾ ਕਰਦਾ ਕਿਉਂਕਿ ਚਿੰਤਨ ਕਰਕੇ ਖਾਧਾ ਆਪਦਾਰਤ ਬਿਰਤੀ ਨੂੰ ਸਤੋਗੁਣੀ ਕਰ ਦਿੰਦਾ ਹੈ ਜਿਸ ਕਰਕੇ ਕਾਮ ਕ੍ਰੋਧ ਆਦਿ ਵਿਕਾਰ ਪ੍ਰਭਾਵ ਨਹੀਂ ਪਾਉਂਦੇ ਵਾਹੇ ਗੁਰੂ 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 ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ